ਸਤਿ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਚਰਚਾ ਕਰਾਂਗੇ ਕਿ ਦੇਸ਼ ਦੀ ਜੋਕੀ ਜੋ ਸਿਆਸੀ ਸਥਿਤੀ ਹੈ ਉਸ ਵਿੱਚ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਕਿ ਸਿੱਖਾਂ ਦੀ ਸਰਮੋਰ ਜਮਾਤ ਮੰਨੀ ਜਾਂਦੀ ਹੈ ਪਾਰਟੀ ਮੰਨੀ ਜਾਂਦੀ ਹੈ ਉਸ ਦੀ ਕੀ ਥਾਂ ਇਹ ਪਹਿਲੀ ਵਾਰੀ ਹੋਇਆ ਕਿ ਸਿੱਖ ਮਿਨਾਰਟੀ ਦੀ ਲੀਡਰਸ਼ਿਪ ਨੂੰ ਨਾ ਇੰਡੀਆ ਅਲਾਈਅንስ ਨੇ ਦਾਣੇ ਪਾਇਆ ਤੇ ਨਾ ਹੀ ਭਾਜਪੀ ਵੱਲੋਂ ਬਣਾਇਆ ਹੋਇਆ ਨੈਸ਼ਨਲ ਡੈਮੋਕਰੈਟਿਕ ਅਲਾਈਅንስ ਐਨ ਡੀ ਏ ਨੇ ਕੋਈ ਸਾਂਝ ਪਾਈ ਹੈ ਇਸ ਤੋਂ ਤੁਸੀਂ ਇਹ حساب ਲਗਾ ਸਕਦੇ ਹੋ ਕਿ ਇਹਨਾਂ ਦੋ ਜੋ ਕੌਮੀ ਪੱਧਰ ਤੇ ਦੋ ਵਿਰੋਧੀ ਗਰੁੱਪ ਬਣੇ ਹਨ ਦੋ ਪੋਲੀਟੀਕਲ ਅਲਾਈਅੰਸ ਬਣਿਆ ਸਭ ਤੋਂ ਪੁਰਾਣੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਨੂੰ ਦੋਨੋਂ ਧਿਰਾਂ ਨੇ ਮੂੰਹ ਨਹੀਂ ਲਾਇਆ ਸੋ ਨੈਸ਼ਨਲ ਲੈਵਲ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇਹ ਦੁਰਦਸ਼ਾ ਕੀਤੀ ਹੈ ਉਹਨਾਂ ਪਾਰਟੀਆਂ ਨੇ 26 ਸਾਲ ਦੀ ਅਨ ਕੰਡੀਸ਼ਨਲ ਸਮਰਥਨ ਜਿਹਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਵ ਮਾਸ ਦਾ ਰਿਸ਼ਤਾ ਕਹਿੰਦੇ ਸੀ ਨਾ ਨਵ ਨਜ਼ਰ ਆਂਦੇ ਨੇ ਤੇ ਨਾ ਮਾਸ ਨਜ਼ਰ ਆਂਦਾ ਸਾਰੀਆਂ ਪਾਰਟੀਆਂ ਤੇ ਚੋਣ ਲੜ ਰਹੀ ਹੈ ਭਾਜਪਾ ਤੇ ਸਾਰੀਆਂ ਪਾਰਟੀਆਂ ਤੇ ਚੋਣ ਲੜਨੀ ਪੈਣੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਔਰ ਇਸੇ ਤਰ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਵੀ ਸਾਰੀਆਂ ਸੀਟਾਂ ਤੇ ਚੋਣ ਲੜ ਲਈ ਹੈ ਆਮ ਆਦਮੀ ਵੀ ਸਾਰੀਆਂ ਸੀਟਾਂ ਤੇ ਚੋਣ ਲੜ ਰਹੀ ਹੈ ਔਰ ਬਹੁਜਨ ਸਮਾਜ ਪਾਰਟੀ ਨੇ ਵੀ ਅਨਾਉਂਸ ਕੀਤਾ ਕਿ ਉਹ ਵੀ ਸਾਰੀਆਂ ਸੀਟਾਂ ਤੇ 13 ਦੀਆਂ 13 ਤੇ ਚੋਣ ਲੜਨਗੇ ਔਰ ਸ਼੍ਰੋਮਣੀ ਅਕਾਲੀ ਦਾ ਲੰਬਰਸਰ ਜੋ ਸਿਮਰਨਜੀਤ ਸਿੰਘ ਮਾਨ ਦਾ ਜਿਹਦੇ ਉਹ ਮੁਖੀ ਆ ਉਹ ਵੀ ਬਹੁਤ ਸਾਰੀਆਂ ਸੀਟਾਂ ਤੇ ਚੋਣ ਲੜ ਰਹੇ ਆ ਇਹ ਜਿਹੜੀ ਚਕੋਨੀ ਕਿਥੇ ਪੰਜ ਕੋਨੀ ਜੋ ਲੜਾਈ ਵਧਦੀ ਪੰਜਾਬ ਵਿੱਚ ਨਜ਼ਰ ਆ ਰਹੀ ਆ ਉਹਦੇ ਵਿੱਚੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਸਿੱਖਾਂ ਕੋਲ ਅੱਜ ਕੋਈ ਅਜੇਹਾ ਲੀਡਰ ਨਹੀਂ ਜਿਸ ਕੋ ਕੇ ਕੋਈ ਸਿਆਸੀ ਆਰਥਿਕ ਨਜ਼ਰੀਆ ਹੋਵੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਸੰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੈ ਤੇ ਅਕਾਲ ਤਖਤ ਵੀ ਇਹਨਾਂ ਦਾ ਸਮਰਥਕ ਹੈ ਪਰ ਸਿਆਸੀ ਪੱਧਰ ਤੇ ਕੋਈ ਅਜੇਹਾ ਲੀਡਰ ਨਹੀਂ ਜਿਹੜਾ ਧਾਰਮਿਕ ਯਾਨੀ ਕਿ ਵਿਚਾਰਾਂ ਤੋਂ ਸਿੱਖੀ ਤੇ ਵਿਚਾਰਾਂ ਤੋਂ ਪੇਸ਼ ਕਰਨ ਵਿੱਚ ਪਰਪੱਕ ਹੋਵੇ ਅਤੇ ਉਹ ਸਿੱਖ ਇਤਿਹਾਸ ਤੋਂ ਵੀ ਬੜੀ ਚੰਗੀ ਤਰ੍ਹਾਂ ਜਾਣੂ ਹੋਵੇ ਇਹ ਜੋ ਗਰਾਵਟ ਸਿੱਖ ਕੌਮ ਦੀ ਲੀਡਰਸ਼ਿਪ ਵਿੱਚ ਆਈ ਹੈ ਇਹਦੇ ਪਿੱਛੇ ਬਾਦਲ ਪਰਿਵਾਰ ਦਾ ਹੀ ਹੱਥ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਬੀਬੀ ਜ਼ਗੀਰ ਕੌਰ ਜੀ ਹਨ ਜੋ ਚਾਰ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਰਹੇ ਹਨ ਉਹਨਾਂ ਨੂੰ ਸਿੱਖ ਇਤਿਹਾਸ ਤੇ ਸਿੱਖ ਧਰਮ ਦੀ ਕਾਫੀ ਉਹਨਾਂ ਦੀ ਅਭਿਆਸ ਆ ਉਹਨਾਂ ਨੂੰ ਉਹਨਾਂ ਦੀ ਜਾਣਕਾਰੀ ਹੈ ਉਹਨਾਂ ਨੂੰ ਇਸ ਬਾਰੇ ਕਾਫੀ ਗਿਆਨ ਹੈ ਤੇ ਜਦੋਂ ਉਹ ਭਾਸ਼ਣ ਦਿੰਦੇ ਨੇ ਉਹਦੇ ਵਿੱਚੋਂ ਉਹਨਾਂ ਦਾ ਸਿੱਖੀ ਬਾਰੇ ਜੋ ਪਕੜ ਹੈ ਉਹ ਨਜ਼ਰ ਆਂਦੀ ਹੈ ਅਤੇ ਸਿਆਸੀ ਤੌਰ ਤੇ ਵੀ ਉਹ ਜੋ ਲੀਡਰ ਹੁਣ ਸਾਡੇ ਸਾਹਮਣੇ ਹਨ ਮੈਂ 5 ਲੀਡਰਾਂ ਦੇ ਨਾਮ ਲੈਣਾ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਜੀ ਵਿਕਰਮ ਮਜੀਠੀਆ ਬਿਰਸਾ ਸਿੰਘ ਵਲਟੋਆ ਬਾਕੀ ਤੁਸੀਂ ਜਾਣਦੇ ਹੋ ਕਿ ਸੁਖਦੇਵ ਸਿੰਘ ਢੀਡਸਾ ਜੀ ਬਲਵਿੰਦਰ ਸਿੰਘ ਪੁੰਦੜ ਜੀ ਸਿਕੰਦਰ ਸਿੰਘ ਮਲੂਕਾ ਜੀ ਇਹ ਲੀਡਰਾਂ ਦੇ ਨਾਮ ਐ ਇਸ ਕਰਕੇ ਲੈ ਰਿਹਾ ਕਿ ਇਹਨਾਂ ਲੀਡਰਾਂ ਕੋਲ ਨਾਤੇ ਕੋਈ ਸਿੱਖ ਕੌਮ ਦਾ ਨਜ਼ਰੀਆ ਚਾਹੇ ਇਹਦੇ ਨਾਲ ਚੋਂ ਬਹੁਤ ਸਾਰੇ ਮંત્રી ਵੀ ਰਹੇ ਕੇਂਦਰ ਚ ਮੰਤਰੀ ਵੀ ਰਹੇ ਸਟੇਟ ਚ ਵੀ ਰਹੇ ਔਰ ਰਾਜ ਸਭਾ ਦੇ ਮੈਂਬਰ ਵੀ ਰਹੇ ਤੇ ਮੈਂਬਰ ਪਾਰਲੀਮੈਂਟ ਵੀ ਇਹ ਜੋ ਸਿੱਖ ਕੌਮ ਦੀ ਇਹ ਜੋ ਸਿਆਸੀ ਗ੍ਰਾਵਟ ਆਈ ਹੈ ਤੇ ਇਹ ਦੁਰਦਸ਼ਾ ਹੋਈ ਹੈ ਉਸ ਦੇ ਕਾਰਨ ਪਿੱਛੇ ਜੇ ਅਸੀਂ ਜਾਈਏ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸੇ ਵੀ ਨਿਰਪੱਖ ਤੇ ਵੱਖਰੀ ਸੋਚ ਲੱਗਣ ਵਾਲੇ ਲੀਡਰ ਨੂੰ ਪਾਰਟੀ ਵਿੱਚ ਜੰਮਣ ਹੀ ਨਹੀਂ ਦਿੱਤਾ ਉਸ ਨੂੰ ਵਿੱਚੋਂ ਸਫਾਇਆ ਹੀ ਕਰੀ ਗਏ ਇੰਨਾ ਸਫਾਇਆ ਕਰ ਦਿੱਤਾ ਕਿ ਉਹਨਾਂ ਦੇ ਪੁੱਤ ਦੀ ਕੋਈ ਰਿਪਲੇਸਮੈਂਟ ਹੀ ਨਾ ਹੋਏ ਸਿੱਖ ਕੌਮ ਕੋ ਤੋ ਤੁਹਾਡੇ ਸਾਹਮਣੇ ਹੈ ਕਿ ਜੋ ਕੁਝ ਇਸ ਵੇਲੇ ਸਿੱਖਾਂ ਦੀ ਸਿਆਸਤ ਵਿੱਚ ਹੋ ਰਿਹਾ ਨਾ ਤਾਂ ਇਹਨਾਂ ਨੂੰ ਨੈਸ਼ਨਲ ਡੈਮੋਕ੍ਰੈਟਿਕ ਕਲੈਂਸ ਯਾਨੀ ਕਿ ਬੀਜੇਪੀ ਦਾ ਜਿਹੜਾ ਐਨਡੀਏ ਜਿਹਦੇ ਕਿ ਜਿਹਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਭ ਕੁਝ ਹਨ ਨੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਪਣੇ ਵਿੱਚ ਅਲਾਇੰਸ ਰੱਖਣ ਲਈ ਬਿਲਕੁਲ ਹੀ ਅੱਖਾਂ ਬੰਦ ਰੱਖਿਆ ਕੋਈ ਉਹਨਾਂ ਨੂੰ ਦਾਣਾ ਵੀ ਨਹੀਂ ਪਾਇਆ ਯਾਨੀ 26 ਸਾਲ ਜਿਸ ਪਾਰਟੀ ਨਾਲ ਉਹਨਾਂ ਦਾ ਇਲਾਕਾ ਰਿਹਾ ਉਹ ਪਾਰਟੀ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗੱਲ ਕਰਕੇ ਰਾਜੀ ਨਹੀਂ ਇਹਦੇ ਕੁਝ ਕਾਰਨ ਹੀ ਹੋਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਪੰਥਿਕ ਸੋਚ ਦੇ ਵੋਟਰ ਤੇ ਲੀਡਰ ਹਨ ਉਹੀ ਨਹੀਂ ਪਸੰਦ ਕਰਦੇ ਕਿ ਉਹਨਾਂ ਦੀ ਕੌਮ ਦਾ ਲੀਡਰ ਸੁਖਬੀਰ ਸਿੰਘ ਬਾਦਲ ਹੋਵੇ ਇਹ ਜੋ ਸਿੱਖ ਕੌਮ ਵਿੱਚ ਗਿਰਾਵਟ ਆਈ ਹੈ ਇਹਦਾ ਜਿੰਮੇਵਾਰ ਸਰਕਾਰ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਹੋਣ ਉਹਨਾਂ ਦਾ ਬੇਟਾ ਸੁਖਬੀਰ ਸਿੰਘ ਬਾਦਲ ਹੈ ਤੁਸੀਂ ਇਹ ਦੇਖੋ ਕਿ ਦੇਸ਼ ਵਿੱਚ ਸਿਰਫ ਦੋ ਪਾਰਟੀਆਂ ਜਿਨ੍ਹਾਂ ਨੂੰ ਈਡੀ ਨੇ ਕੁਝ ਨਹੀਂ ਗਿਆ ਜਿਨ੍ਹਾਂ ਦੇ ਲੀਡਰਾਂ ਵੱਲ ਦੇਖਿਆ ਵੀ ਨਹੀਂ ਇੱਕ ਹੈ ਭਾਰਤੀ ਜਨਤਾ ਪਾਰਟੀ ਜਿਹਦੇ ਸੈਂਟਰ ਚ ਸਰਕਾਰ ਹੈ ਜਿਹਦੇ ਕਰਤਾ ਦਰਤਾ ਨਰਿੰਦਰ ਮੋਦੀ ਦੇਸ਼ ਦੇ ਪ੍ਰਾਈਮ ਮਿਨਿਸਟਰ ਹਨ ਤੇ ਇੱਕ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰਾਂ ਨੂੰ ਜਾਂ ਸੁਖਵੀਰ ਬਾਦਲ ਨੂੰ ਇਹ ਭੁਲੇਖਾ ਹੋਵੇ ਕਿ ਈਡੀ ਕੋਲ ਉਹਨਾਂ ਦੀਆਂ ਜਾਇਦਾਦਾਂ ਦੇ ਉਹਨਾਂ ਦੇ ਵਿਸ਼ੇਸ਼ਾਂ ਵਿੱਚ ਖਰੀਦੀਆਂ ਪ੍ਰਾਪਰਟੀਆਂ ਦੇ ਦੀ ਸਾਬਕਾਤਾ ਤੇ ਫਾਈਲਾਂ ਨਹੀਂ ਹਨ ਇਹ ਉਹਨਾਂ ਦਾ ਭਲੇਖਾ ਹੋਏਗਾ ਤੁਸੀਂ ਦੇਖਿਆ ਕਿ ਈਸੀ ਕਰਕੇ ਹੀ ਕਦੀ ਵੀ ਸੁਖਬੀਰ ਬਾਦਲ ਦੇਸ਼ ਦੇ ਪ੍ਰਧਾਨ ਮੰਤਰੀ ਵਿਰੁੱਧ ਕੁਝ ਨਹੀਂ ਬੋਲਦਾ ਭਾਰਤੀ ਜਨਤਾ ਪਾਰਟੀ ਬਾਰੇ ਕੁਝ ਨਹੀਂ ਬੋਲਦਾ ਉਹਦੀ ਕਾਰਗੁਜ਼ਾਰੀ ਕੀ ਲੋਕਪੱਖੀ ਹੈ ਜਾਂ ਉਹਨਾਂ ਦਾ ਜੋ ਡਿਕਟੇਟਰ ਸੁਭਾਅ ਹੈ ਉਹਦੇ ਬਾਰੇ ਉਹ ਕਦੀ ਗੱਲ ਨਹੀਂ ਕਰਦਾ ਬੜੀ ਕੋਸ਼ਿਸ਼ ਕੀਤੀ ਸੁਖਬੀਰ ਬਾਦਲ ਨੇ ਕਿ ਉਹਨਾਂ ਦਾ ਅਲਾਈਅੰਸ ਹੋ ਜਾਏ ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ ਨਾਲ ਐਂਡੀਏ ਦੇ ਉਹ ਵੀ ਸ਼ਰੀਕ ਹੋ ਜਾਣ ਮੈਂਬਰ ਬਣ ਜਾਣ ਪਰ ਨਹੀਂ ਗੱਲ ਇਹ ਹੈ ਕਿ ਜੇਕਰ ਐਂਡੀਏ ਨਾਲ ਅਲਾਈਅੰਸ ਹੋ ਵੀ ਜਾਂਦਾ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸ਼ਾਸਕ ਸਥਿਤੀ ਸੀ ਉਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਇਸ ਵੇਲੇ ਪੰਜਾਬ ਦੀ ਸਾਰੀ ਲੀਡਰਸ਼ਿਪ ਜਿਹੜੀ ਹੈ ਕਿਸਾਨਾਂ ਦੇ ਲੀਡਰਾਂ ਕੋਲ ਐਨੀਆਂ ਜ਼ਿਆਦਾ ਯੂਨੀਅਨ ਬਣ ਚੁੱਕੀਆਂ ਸੱਜੇ ਖੱਬੇ ਪੱਖੀ ਵਿੱਚ ਸੈਂਟਰ ਆਫ ਦੀ ਲੈਫਟ ਸੈਂਟਰ ਆਫ ਦੀ ਰਾਈਟ ਪ੍ਰੋ ਬੀਜਪੀ ਪ੍ਰੋ ਸੈਂਟਰ ਕਿ ਉਹਦੇ ਵਿੱਚ ਕਿਸੇ ਸਿਆਸੀ ਪਾਰਟੀ ਦਾ ਪੰਜਾਬ ਵਿੱਚ ਲੀਡਰਸ਼ਿਪ ਸਾਰੇ ਪੰਜਾਬ ਤੇ ਬਣਾਉਣਾ ਬੜਾ ਮੁਸ਼ਕਲ ਹੋ ਚੁੱਕਾ ਔਰ ਜੋ ਐਂਟੀ ਫਾਰਮਰ ਰੋਲ ਪਲੇ ਕੀਤਾ ਖਰਮਣੀ ਅਕਾਲੀ ਦਲ ਬਾਦਲ ਨੇ ਤਿੰਨ ਜੋ ਕਾਲੇ ਕਾਨੂੰਨ ਸੀ ਉਹਨਾਂ ਨੂੰ ਕੈਬਨਟ ਚੋਂ ਪਾਸ ਕਰਾਉਣ ਫਿਰ ਉਹਨਾਂ ਨੂੰ ਪਾਰਲੀਮੈਂਟ ਚੋਂ ਪਾਸ ਕਰਾਉਣ ਫਿਰ ਉਹਨਾਂ ਨੂੰ ਰਾਜ ਸਭਾ ਚੋਂ ਪਾਸ ਕਰਾਉਣ ਤੇ ਉਹਨਾਂ ਨੂੰ ਐਕਟ ਬਣਾਉਣ ਤੱਕ ਦੀ ਜ਼ਿੰਮੇਵਾਰੀ ਵਿੱਚ ਪੂਰਾ ਪੂਰਾ ਰੋਲ ਸੁਖਬੀਰ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਬਾਦਲ ਦਾ ਰਿਹਾ ਤੇ ਕੈਬਨਟ ਮੰਤਰੀ ਸਨ ਤੇ ਕੈਬਨਰਟ ਮਨਿਸਟਰ ਦੇ ਨਾਤੇ ਉਹਨਾਂ ਸਾਰਿਆਂ ਫੈਸਲਿਆਂ ਵਿੱਚ ਐਜ਼ ਅ ਕੈਬਨਟ ਮਨਿਸਟਰ ਉਹਨਾਂ ਨੇ ਯੋਗਦਾਨ ਪਾਇਆ ਹੁਣ ਭਰ ਦੇ ਪੰਜਾਬ ਦੇ ਕਿਸਾਨਾਂ ਤੋਂ ਸਮਰਥਨ ਉਹ ਨਹੀਂ ਮਿਲ ਸਕਦਾ ਤੁਹਾਨੂੰ ਪਹਿਲੇ ਹੀ ਪਤਾ ਹੈ ਕਿ ਸੁਖਬੀਰ ਬਾਦਲ ਸਿਰਫ 3 ਸੀਟਾਂ ਜਿਤਾ ਸਕਿਆ ਪਾਰਟੀ ਨੂੰ 3 ਤੇ ਅਸੀਂ ਕਹਿ ਸਕਦੇ ਹਾਂ ਤੁੱਕੇ ਨਾਲ ਵੀ ਆ ਜਾਂਦੀਆਂ ਉਹਦਾ ਤੇ ਆਪਣਾ ਸਾਲਾ ਵੀ ਆਰ ਗਿਆ ਪ੍ਰਕਾਸ਼ ਸਿੰਘ ਬਾਦਲ ਵੀ ਆਰ ਗਏ ਹੋਰ ਵੀ ਉਹਨਾਂ ਦੇ ਸਾਰੇ ਵੱਡੇ ਲੀਡਰ ਸਭ ਦਾ ਸਪਾਇਆ ਹੋ ਗਿਆ ਇਹਦੇ ਪਿੱਛੇ ਜੋ ਕਾਰਨ ਕੀ ਆ ਉਹਦੇ ਪਿੱਛੇ ਕਾਰਨ ਇਹ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਹੱਕਾਂ ਲਈ ਨਹੀਂ ਲੜਿਆ ਪਿਛਲੇ 20 ਸਾਲਾਂ ਸਗੋਂ ਉਹ ਹੱਥ ਟੁਲਾ ਬਣ ਕੇ ਭਾਰਤੀ ਜਨਤਾ ਪਾਰਟੀ ਦਾ ਉਹਨਾਂ ਨੇ ਰਾਜ ਸਤਾ ਦੀ ਮਲਾਈ ਖਾਦੀ ਹੈ ਅਤੇ ਉਹਨਾਂ ਨੇ ਆਪਣੀ ਜੋ ਨਿੱਜੀ ਵੈਲਥ ਹੈ ਜਿਦਾ ਦਾਨ ਟਰਾਂਸਪੋਰਟ ਕੰਪਨੀਆਂ ਉਹਨਾਂ ਚ ਰਾਜ ਕੇ ਵਾਦਾ ਕੀਤਾ ਹੈ ਤਰੱਕੀ ਕੀਤੀ ਸੋ ਪੰਜਾਬ ਦੇ ਲੋਕ ਇਹ ਜਾਣਦੇ ਤੇ ਸਿੱਖ ਕੌਮ ਦੇ ਮੈਂਬਰ ਵੀ ਇਹ ਜਾਣਦੇ ਕਿ ਇਹਨਾਂ ਨੂੰ ਹੁਣ ਹੋਰ ਸਮਰਥਨ ਦੇਣਾ ਸੇ ਕੌਮ ਲਈ ਠੀਕ ਨਹੀਂ ਸੋ 2020 ਦੀਆਂ elections ਜੇਸੇ ਕਰਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਤੇ ਉਹਨਾਂ ਨੂੰ 92 ਸੀਟਾਂ ਦੇ ਦਿੱਤੀ ਹੁਣ ਜੋ ਸਥਿਤੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਸੁਖਬੀਰ ਸਿੰਘ ਬਾਦਲ ਨੇ ਫਰੋਜਪੁਰ ਤੋਂ ਚੋਣ ਲੜਨ ਤੋਂ ਇਸ ਲਈ ਕੰਨੀ ਘਤराई ਹੈ ਕਿ ਜੇ ਹਾਰ ਗਏ ਤਾਂ ਉਸ ਦੀ ਜੋ ਲੀਡਰਸ਼ਿਪ ਹੈ ਉਹਨੂੰ ਸਿੱਧਾ ਚੈਲੰਜ ਹੋਏਗਾ ਜਿਹੜੀ ਹਰ ਸਿਮਰਤ ਕੋਰ ਦੀ ਸੀਟ ਹੈ ਬਠਿੰਡਾ ਪਾਰਲੀਮੈਂਟ ਦੀ ਉਹ ਵੀ ਇੰਨੀ ਸੌਖੀ ਜਿੱਤੇ ਜਾਣ ਦੀ ਸੁਭਾਵਨਾ ਨਹੀਂ ਹੈਗੀ ਉਹਦੇ ਤੇ ਬੜਾ ਜ਼ਬਰਦਸਤ ਮੁਕਾਬਲਾ ਹੋਏਗਾ ਔਰ ਕਿਸਾਨੀ ਵੱਲੋਂ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਕੈਂਡੀਡੇਟ ਹਰ ਸਿਮਰਤ ਕੋਰ ਦਾ ਵਿਰੋਧ ਵੀ ਹੋਏਗਾ ਅਤੇ ਬਾਕੀ ਪਾਰਟੀਆਂ ਵੀ ਕੈਂਡੀਡੇਟ ਉਥੋਂ ਖੜੇ ਕਰ ਰਹੀਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਚਾਰੋਂ ਪਾਰਟੀਆਂ ਆਪਣੇ ਆਪਣੇ ਕੈਂਡੀਡੇਟ ਖੜੇ ਕਰ ਰਹੀਆਂ ਔਰ ਪੰਜਾਬ ਦੀ ਕਿਸਾਨੀ ਨੇ ਪੂਰਾ ਜੋਰ ਲਾ ਦੇਣਾ ਕਿ ਹਰ ਸਿਮਰਤ ਕੋਰ ਨੂੰ ਹਰਾਇਆ ਜਾਵੇ ਸੋ ਬਾਕੀ ਕੈਂਡੀਡੇਟ ਜਿੱਥੇ ਵੀ ਖੜੇ ਕਰਨਗੇ ਉਹ ਤੁਹਾਡੇ ਸਾਹਮਣੇ ਹੀ ਹੈ ਔਰ ਹੁਣ ਇਹ ਜੋ ਲੀਡਰ ਹਨ ਸੁਖਬੀਰ ਸਿੰਘ ਬਾਦਲ ਡਾਕਟਰ ਚੀਮਾ ਅਰ ਸਿਮਰਤ ਕੋਰ ਸੁਖਦੇਵ ਸਿੰਘ ਢੀਂਡਸਾ ਬਲਵਿੰਦਰ ਸਿੰਘ ਭੁੰਦਰ ਸਕੰਦਰ ਸਿੰਘ ਮਲੂਕਾ ਬਿਰਸਾ ਸਿੰਘ ਬਲਟੋਆ ਔਰ ਪ੍ਰੇਮ ਸਿੰਘ ਚੰਦੂ ਮਾਜਰਾ ਇਹ ਭਾਵੇਂ ਐਮਪੀ ਰਹੇ ਹੋਣ ਰਾਜ ਸਭਾ ਦੇ ਮੈਂਬਰ ਰਹੇ ਹੋਣ ਜਾਂ ਪੰਜਾਬ ਵਿੱਚ ਕਈ ਵਾਰੀ ਮਨਿਸਟਰ ਰਹੇ ਹੋਣ ਇਹਨਾਂ ਦਾ ਜਿਹੜਾ ਇਨਫਲੂਐਂਸ ਹੈ ਉਹ ਆਪਣੀ ਕੌਨਸਟਿਟੂਐਂਸੀ ਤੋਂ ਬਾਹਰ ਨਹੀਂ ਹੈਗਾ ਇਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਮੁੱਚੇ ਪੰਜਾਬ ਦੇ ਲੀਡਰ ਔਰ ਜਿਹੜੀ ਸਿੱਖ ਸੋਚ ਵਾਲੇ ਅਕਾਲੀਆਂ ਉਹਨਾਂ ਨੇ ਦੋ ਕਮੇਟੀਆਂ ਰਾਈ ਲੀਡਰਾਂ ਨੂੰ ਰਿਜੈਕਟ ਕੀਤਾ ਸੁਖਬੀਰ ਬਾਦਲ ਦੀ ਜੋ ਲੀਡਰਸ਼ਿਪ ਸੀ ਉਹਨੂੰ ਨਹੀਂ ਕਬੂਲਿਆ ਪਹਿਲੀ ਰਿਪੋਰਟ ਸੁਖਬੀਰ ਬਾਦਲ ਨੇ ਨਹੀਂ ਬਣਾਈ ਸੰਗਰੂਰ ਦੇ ਐਸਐਮਐਲਏ ਜਿਹਨੂੰ ਝੁੰਡਾ ਕਮੇਟੀ ਕਹਿੰਦੇ ਉਹਦੀ ਰਿਪੋਰਟ ਵਿੱਚ ਇਹ ਸਿਫਾਰਿਸ਼ ਕੀਤੀ ਗਈ ਕਿ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਇੱਕ ਪਾਸੇ ਹੋ ਜਾ। ਉਸ ਰਿਪੋਰਟ ਨੂੰ ਲਾਗੂ ਤੇ ਕੀ ਕਰਨਾ ਸੀ ਡਿਸਕਸ ਤੇ ਕੀ ਕਰਨਾ ਸੀ ਉਸ ਨੂੰ ਉਹਨਾਂ ਨੇ ਕੂੜੇ ਦੇ ਢੇਰ 'ਚ ਸੁੱਟ ਦਿੱਤਾ। ਦੂਜੀ ਰਿਪੋਰਟ ਜੋ ਆਈ ਹੈ ਸੁਖਦੇਵ ਸਿੰਘ ਢਿੰਡਸਾ ਜੀ ਨੇ ਜੋ ਕਮੇਟੀ ਬਣਾਈ ਜਸਟਿਸ ਨਿਰਮਲ ਸਿੰਘ ਦੀ ਚੇਅਰਮੈਨਸ਼ਿਪ ਇੱਥੇ ਉਹਦੇ ਚ ਪੰਜ ਮੈਂਬਰ ਸੀਗੇ ਢੀਂਡਾ ਸਾਹਿਬ ਨੇ ਆਪਣੇ ਮੈਂਬਰ ਪਾਏ ਸੀ ਸਾਰੇ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਹੀ ਇਹ ਪਾਰਟੀ ਸੀ ਕਿ ਉਹ ਪੰਜਾਬ ਵਿੱਚ ਤੁਰ ਫਿਰ ਕੇ ਸਰਵੇ ਕਰਨਗੇ ਕਿ ਕੀ ਉਹਨਾਂ ਦੀ ਪਾਰਟੀ ਆਪਣਾ ਅਸਤਿਤਵ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸਮੋਦੇ ਸਿਮਟ ਜਾਏ ਉਹਦੇ ਵਿੱਚ ਕਿ ਆਪਣੀ ਹੋਂਦ ਵਖਰੀ ਬਰਕਰਾਰ ਰੱਖੇ ਇਹ ਜੋ ਜਸਟਿਸ ਨਿਰਮਲ ਸਿੰਘ ਦੀ ਕਮੇਟੀ ਸੀਗੀ ਉਸ ਵੀ ਨੇ ਵੀ ਇਹ ਕਿ ਜਿੰਨੀ ਦੇਰ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਨਹੀਂ ਹਟਾਇਆ ਜਾਂਦਾ ਉਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਨੂੰ ਇਹਦੇ ਵਿੱਚ ਨਹੀਂ ਜਾਣਾ ਚਾਹੀਦਾ ਆਪਣੀ ਹੋਂਦ ਖਤਮ ਕਰਕੇ ਇਸ ਦਾ ਅੰਗ-ਸੰਗ ਨਹੀਂ ਬਣਨਾ ਚਾਹੀਦਾ ਪਰ ਸੁਖਦੇਵ ਸਿੰਘ ਢੀਡਸਾ ਜਿਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਅਸ਼ੀਰਵਾਦ ਦਿੱਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵਿਰਾਸਤ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਤਾਂ ਤੁਹਾਡੀ ਬਣਦੀ ਹੈ ਉਹ ਤਾਂ ਬੜੇ 부ਠੀਆਂ ਛਾਲਾਂ ਮਾਰ ਕੇ ਹਰ ਪ੍ਰੈਸ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦਾ ਉਹਨਾਂ ਨੂੰ ਕਿਹਾ ਹੋਇਆ ਇਹ ਮਹਾਵਾਕ ਰਿਪੀਟ ਕਰਦੇ ਉਹਨਾਂ ਨੇ ਤੇ ਜਾਣਾ ਹੀ ਸੀ ਉਹ ਚਲੇ ਗਏ ਹੁਣ ਸਾਰੇ ਲੀਡਰ ਇਕੱਠੇ ਕਰ ਲਏ ਜੀਕੇ ਸਿੰਘ ਵੀ ਕਰ ਲਿਆ ਤੋਂ ਦਿੱਲੀ ਦੇ ਸਰਨੇਵਰਾਂ ਨੂੰ ਵੀ ਵਿੱਚ ਸਮੋ ਲਿਆ ਬੀਬੀ ਜ਼ਗੀਰ ਕੋਲ ਵੀ ਵਾਪਸ ਆ ਗਈ ਅਤੇ ਪਰਸੋਂ ਜਿਹੜੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗੜਚਾ ਜੀ ਸੀ ਵਖਰੇ ਨਾਰਾਜ਼ ਸੀ ਉਹ ਨਹੀਂ ਸੀ ਜਾਣਦੇ ਕਿ ਉਹ ਇਸ ਪਾਰਟੀ ਵਿੱਚ ਇਸ ਸੰਯੁਕਤ ਅਕਾਲੀ ਦਲ ਨੂੰ ਮਿਲਾ ਦਿੱਤਾ ਜਾਏ ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਮੋੜ ਜੁਆਇਨ ਕਰ ਲਿਆ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਚਲੇ ਗਏ ਪਰਸੋਂ ਅਤੇ ਉੱਥੇ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਵੀ ਉਹ ਵੀ ਹੋਣ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਦਾਖਲ ਹੋ ਗਏ ਇੱਥੇ ਮੈਂ ਇੱਕ ਮਿਸਾਲ ਦੇਣਾ ਕਿ ਤੁਹਾਨੂੰ ਪਤਾ ਹੋਵੇਗਾ ਵੀ ਜੇਕਰ ਤੁਸੀਂ ਘਸੇ ਟਾਇਰਾਂ ਨਾਲ ਗੱਡੀ ਚਲਾਣੀ ਹੋਵੇ ਹਾਂਜੀ ਜਿਨ੍ਹਾਂ ਦੀ ਗੁੱਡੀ ਘਸ ਗਈ ਹੋਵੇ ਪੰਜਾਬ ਚ ਗੀਤ ਵੀ ਹੈਗਾ ਕਿ ਤੇਰੇ ਪਿੱਛੇ ਮੈਂ ਕਈ ਕਾਰਾਂ ਦੀਆਂ ਗੁੱਡੀਆਂ ਘਸਾਤੀਆਂ ਟਾਇਰਾਂ ਦੀ ਤਾਂ ਇੱਕ ਘਸੇ ਹੋਏ ਜਿਹੜੇ ਟਾਇਰ ਪਾ ਲੈਣ ਸ਼ਰੋਮਣੀ ਅਕਾਲੀ ਦਲ ਬਾਦਲ ਨੇ ਕੀ ਇਹ ਸ਼ਰੋਮਣੀ ਗੱਲ ਅਕਾਲੀ ਦਲ ਦੀ ਗੱਡੀ ਨੂੰ ਕਿੱਥੇ ਲਿਜਾਣਗੇ ਤੁਹਾਨੂੰ ਪਤਾ ਹੈ ਕਿ ਬੜਾ ਰਿਸਕ ਹੀ ਹੁੰਦਾ ਹੈ ਜੇ ਤੁਹਾਡੀ ਗੱਡੀ ਦੇ ਟਾਇਰਾਂ ਦੀ ਘਸਿਆ ਹੋਏ ਹੋਣ ਤੇ ਕਿੱਥੇ ਵੀ ਉਹ ਪੈਂਚਰ ਹੋ ਜਾਂਦੇ ਨੇ ਤੇ ਕਿੱਥੇ ਵੀ ਗੱਡੀ ਖੜ ਜਾਂਦੀ ਹੈ ਤੇ ਸੁਖਵੀਰ ਨੇ ਤੇ ਸਾਰੇ ਹੀ ਜਿਹੜੇ ਘਸਿਆ ਹੋਏ ਟਾਇਰ ਸੀਗੇ ਉਹ ਇਕੱਠੇ ਕਰ ਲਏ ਤੇ ਹੁਣ ਉਹਨਾਂ ਘਸਿਆ ਹੋਏ ਟਾਇਰਾਂ ਨਾਲ ਗੱਡੀ ਚਲਾਉਣ ਦਾ ਉਹ ਸੋਚਦਾ ਹੈ ਕਿ ਇਸ ਤਰ੍ਹਾਂ ਸਿੱਖ ਕੌਮ ਵਿੱਚ ਉਸ ਨੂੰ ਕਾਮਯਾਬੀ ਮਿਲ ਜਾਏਗੀ ਇਹ ਜੋ ਲੀਡਰ ਹਨ ਚਾਹੇ ਉਹ ਪੁੰਦਰ ਸਾਹਿਬ ਹਨ ਸਿਕੰਦਰ ਸਿੰਘ ਮਲੂਕਾ ਹਨ ਸੁਖਦੇਵ ਸਿੰਘ ਢੀਂਡਸਾ ਹਨ ਜਾਂ ਹੋਰ ਵੀ ਈਵਨ ਜਸਟਿਸ ਨਿਰਮਲ ਸਿੰਘ ਹਨ ਇਹ ਤਾਂ ਹੁਣ ਘਸੇ ਬਿੱਟੇ ਵੇਲਾ ਆ ਬਿ ਆ ਚੁਕੇ ਲੀਡਰ ਹਨ ਇਹਨਾਂ ਦੇ ਸਿਰ ਤੇ ਹੋਣ ਸ਼੍ਰੋਮਣੀ ਅਕਾਲੀ ਦਲ ਬਾਦਲ ਅੱਗੇ ਵਧਣਾ ਚਾਹੁੰਦਾ ਇਹ ਸ਼ੁਭਾਮਨਾਵਾਂ ਇਸ ਲਈ ਨਹੀਂ ਬਣ ਰਹੀਆਂ ਕਿਉਂਕਿ ਜਨਤਾ ਜਿਹੜੀ ਹੈ ਲੁਕੋਈ ਜਿਹੜੀ ਹੈ ਉਹ ਸੁਖਬੀਰ ਬਾਦਲ ਨਾਲ ਨਹੀਂ ਸੁਖਬੀਰ ਬਾਦਲ ਨੇ ਅਕਾਲੀ ਦਲ ਦੇ ਸਾਰੇ ਲੀਡਰ ਹੱਥ ਪੈਰ ਜੋੜ ਕੇ ਮਾਫੀਆਂ ਮੰਗ ਕੇ ਇਕੱਠੇ ਕਰ ਲਈ ਸੋ ਸਿੱਖ ਕੌਮ ਦੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਹੈ ਉਹਦੇ ਰਾਹੀਂ ਉਹਨਾਂ ਦੀ ਅਕਾਲ ਤਖਤ ਸਾਹਿਬ ਤੱਕ ਉਥਲ ਜਿਹੜੇ ਵੀ ਜਥੇਦਾਰ ਆਉਣ ਹੁਣ ਹੈ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਤੱਕ ਪਹੁੰਚ ਹੈ ਸਿੱਧੀ ਤੁਹਾਡੇ ਸਾਹਮਣੇ ਹੈ ਕਿ ਕਈ ਕਮੇਟੀਆਂ ਬਣਾਈਆਂ ਗਈਆਂ ਕਿ ਬੰਦੀ ਸਿੰਘਾਂ ਨੂੰ ਛੁੜਾਣਾ ਮੈਂ ਇਹਦੇ ਤੇ ਕਈ ਵੀਡੀਓ ਕੀਤੀਆਂ ਵੀ 2024 ਤੱਕ ਦੀਆਂ ਚੋਣਾਂ ਤੱਕ ਕਿਸੇ ਨੇ ਕੋਈ ਬੰਦੀ ਸਿੰਘ ਨਹੀਂ ਛਡਣਾ ਤੁਹਾਡੇ ਸਾਹਮਣੇ ਆਖਿਰਲੀ ਕਮੇਟੀ ਵਿੱਚ ਅਜੀਤ ਸਮੂਹ ਦੇ ਮੁਖੀ ਸਰਦਾਰ ਬਰਜਿੰਦਰ ਸਿੰਘ ਵੀ ਕਮੇਟੀ ਦੇ ਮੈਂਬਰ ਬਣ ਗਏ ਤੇ ਉਹਨਾਂ ਨੂੰ ਬੜੀ ਆਸ ਸੀਗੀ ਕਿ ਉਹ ਦਿੱਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕੁਝ ਬੰਦੀ ਸਿੰਘਾਂ ਨੂੰ ਛੁਡਾ ਲੈਣਗੇ ਹੁਣ ਉਹ ਕਮੇਟੀ ਦੀ ਵੀ ਕੋਈ ਗੱਲ ਨਹੀਂ ਹੁੰਦੀ ਹੁਣ ਬੰਦੀ ਸਿੰਘਾਂ ਦੀ ਵੀ ਕੋਈ ਗੱਲ ਨਹੀਂ ਸੋ ਇਹ ਜੋ ਸਿੱਖ ਕੌਮ ਦੀ ਸਥਿਤੀ ਹੈ ਇਹ ਬੜੀ ਉਦਾਸਮਈ ਹੈ ਇਹਦੇ ਵਿੱਚ ਕੋਈ ਫਲ ਲੱਗਦੇ ਨਜ਼ਰ ਨਹੀਂ ਆਉਂਦੇ ਇਹ ਜਿਹੜੀਆਂ 2024 ਦੀਆਂ ਚੋਣਾਂ ਹੋਣਗੀਆਂ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਦੋ ਸੀਟਾਂ ਕੀ ਉਹ ਇੱਕ ਵੀ ਜਿੱਤ ਸਕਦੇ ਨੇ ਕਿ ਨਹੀਂ ਇਹ ਇਹ ਦੋ ਤੋਂ ਵਧਾ ਲੈਣਗੇ ਇਹ ਸਮਾਂ ਦੱਸੇਗਾ ਕਿਉਂਕਿ ਹਰ ਸਿਮਰਤ ਕੋਰ ਵਾਲੀ ਸੀਟ ਬਢੰਡੇ ਵਾਲੀ ਜਿੰਨੀ ਵੀ ਬੜਾ ਮੁਸ਼ਕਲ ਲੱਗ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਦਲ ਔਰ ਸਿਕੰਦਰ ਸਿੰਘ ਮਲੂਕਾ ਜੀ ਦੀ ਨੂੰ ਜੋ ਸੀਨੀਅਰ ਆਈਐਸ ਅਫਸਰ ਹਨ ਉਹਨਾਂ ਨੇ ਆਪਣੀ ਇਸ ਬੜੀ ਮਹੱਤਵਪੂਰਨ ਨੌਕਰੀ ਤੋਂ ਰਿਜ਼ਾਈਨ ਕਰ ਦਿੱਤਾ ਤੇ ਉਹ ਚੋਣ ਲੜਨਾ ਚਾਹੁੰਦੇ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਤੇ ਲੜਨਾ ਵੀ ਚਾਹੁੰਦੇ ਬਠਿੰਡੇ ਤੋਂ ਮੈਂ ਤੁਹਾਨੂੰ ਪਹਿਲੇ ਕਿਹਾ ਸੀ ਵੀ ਇਹ ਪੁਰਾਣੇ ਟੈਰਾ ਨਾਲ ਪਾਰਟੀ ਜਲਾਲ ਦੀ ਕੁਝ ਨਹੀਂ ਨਿਕਲਦਾ ਤੇ ਬੀਬੀ ਪਰਮਪਾਲ ਕੌਰ ਜੀ ਚੋਣ ਬਠਿੰਡਾ ਤੋਂ ਲੜਨਾ ਚਾਹੁੰਦੇ ਨੇ ਭਾਜਪੀ ਦੀ ਟਿਕਟ ਤੇ ਤੋਂ ਸਕੰਦਰ ਸਿੰਘ ਮਲੂਕਾ ਜੀ ਦੀ ਇੰਪੋਰਟੈਂਸ ਬੜੀ ਵੱਧ ਗਈ ਹੈ ਉਹਨਾਂ ਦੀਆਂ ਮਿੰਤਾਂ ਕੀਤੀਆਂ ਜਾ ਰਹੀਆਂ ਨੇ ਬਈ ਇਹ ਬੀਬੀ ਜੀ ਨੂੰ ਰੋਕੋ ਇਹ ਨਾ ਲੜਨ ਬੀਜੇਪੀ ਦੇ ਟਿਕਟ ਬੀਜੇਪੀ ਨਾ ਜਾਇਨ ਕਰਨ ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦਿਆਂ ਇੱਕ ਨਵਾਂ ਟ੍ਰੈਂਡ ਚੱਲ ਪਿਆ ਹੈ ਕਿ ਸਿੱਖ ਲੀਡਰਾਂ ਨੇ ਕਿਸੇ ਨੇ ਆਪਣੀ ਧੀ ਬੀਜੇਪੀ ਚ ਬਾੜਤੀਏ ਤੇ ਉਹਨੂੰ ਟਿਕਟ ਮਿਲ ਰਹੀ ਹੈ ਤੇ ਕਿਸੇ ਨੇ ਆਪਣੀ ਨੂੰ ਅੱਗੇ ਕਰ ਦਿੱਤੀ ਹੈ ਬੀਜੇਪੀ ਚ ਉਧਰ ਲੀਡਰਸ਼ਿਪ ਦੀ ਤੇ ਆਪ ਆਪਣੀ ਪਾਰਟੀ ਵਿੱਚ ਹੀ ਹਨ ਤੁਹਾਡੇ ਸਾਹਮਣੇ ਹੈ ਕਿ ਇਹ ਜੋ ਸਿਕੰਦਰ ਸਿੰਘ ਮਲੂਕਾ ਜੀ 도ਗਲੀ ਚਾਲ ਚੱਲ ਰਹੇ ਹਨ ਉਹ ਕਹਿ ਕੀ ਰਹੇ ਹਨ ਉਹਦਾ मीनिंग ਹੀ ਹੈ ਉਹਦਾ मीनिंग ਬੜਾ ਸਪਸ਼ਟ ਹੈ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਕਿਸੇ ਕਿਨਾਰੇ ਨਹੀਂ ला ਸਕਦਾ ਇਸ ਲਈ ਆਪਣਾ ਸਿਆਸੀ ਜੀਵਨ ਬਿਹਤਰ ਬਣਾਉਣ ਲਈ ਚੰਗਾ ਇਹ ਹੈ ਵੀ ਭਾਰਤੀ ਜਨਤਾ ਪਾਰਟੀ 'ਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲੜਾਇਆ ਜਾਵੇ ਰਾਮੂ ਵਾਲੀਆ ਜੀ ਦੀ ਬੇਟੀ ਬੀ ਟਿਕਟ ਦੀ ਹੱਕਦਾਰ ਬਣ ਰਹੀ ਹੈ ਉਹਨੂੰ ਕਿਥੋਂ ਟਿਕਟ ਦਿੰਦੇ ਨੇ ਰਾਮੂ ਵਾਲੀਆ ਜੀ ਤੇ ਆਪ ਨਹੀਂ ਗਏ ਬੀਜੇਪੀ ਚ ਪਰ ਆਪਣੀ ਧੀ ਨੂੰ ਬੀਜੇਪੀ ਚ ਭੇਜਤਾ ਇਹ ਮੈਂ ਤੁਹਾਨੂੰ ਜਿਹੜੀ ਸਾਡੇ ਸਿੱਖ ਲੀਡਰਸ਼ਿਪ ਹੈ ਨਾ ਇਹ ਉਸ ਬਾਰੇ ਤੁਹਾਨੂੰ ਮੈਂ ਇਹ ਤੱਥਾਂ ਨਹੀਂ ਕੁਝ ਸਾਂਝ ਪੁਆਰਿਆਂ ਕਿ ਤੁਸੀਂ ਖੁਦ ਐਨਾਲਿਸਿਸ ਕਰ ਸਕੋ ਕਿ ਬਈ 100 3 ਸਾਲ ਪਾਰਟੀ ਦੀ ਇਹ ਦੁਰਦਸ਼ਾ ਹੈ ਕਿ ਉਸ ਨੂੰ ਦੇਸ਼ ਵਿੱਚ ਕੋਈ ਰੈਕੋਗਨਾਈਜ਼ ਨਹੀਂ ਕਰਦਾ ਉਸ ਨੂੰ ਪੰਜਾਬ ਵਿੱਚ ਕੋਈ ਰੈਕੋਗਨਾਈਜ਼ ਨਹੀਂ ਕਰਦਾ ਉਹ ਲੋਕਾਂ ਦੇ ਹੱਕਾਂ ਲਈ ਲੜਦੀ ਹੋਈ ਨਹੀਂ ਪਰ ਉਹਦੀ ਇੱਕ ਜਿਹੜੀ ਬੜੀ ਖੂਬਸੂਰਤ ਗੱਲ ਹੈ ਕਿ ਈਡੀ ਨਹੀਂ ਉਹਦੇ ਵੱਲ ਲੇਖੀ ਜੇਕਰ ਈਡੀ ਉਹਦੇ ਵੱਲ ਨਹੀਂ ਦੇਖਦੀ ਤੇ ਸਰਦਾਰ ਸੁਖਦੀਰ ਸਿੰਘ ਬਾਦਲ ਜੀ ਵੀ ਬੜੀ ਇਮਾਨਦਾਰੀ ਨਾਲ ਨਰਿੰਦਰ ਮੋਦੀ ਜੀ ਬਾਰੇ ਕੋਈ ਆਪਣਾ ਭਾਸ਼ਣ ਅਜਿਆ ਨਹੀਂ ਦਿੰਦੇ ਜਿਹੜਾ ਕਿ ਉਹਨਾਂ ਨੂੰ ਦੁਖੀ ਕਰ ਸਕੇ ਉਹਨਾਂ ਦੀ ਅਲੋਚਨਾ ਕਰਨੀ ਉਹਨਾਂ ਦੀ ਪਾਲਸੀਆਂ ਦੀ ਅਲੋਚਨਾ ਕਰਨੀ ਉਹਨਾਂ ਨੇ ਆਪਣੀ ਧਰਮ ਪਤਨੀ ਹਰ ਸਿਮਰਤ ਦੀ ਡਿਊਟੀ ਲਈ ਹੈ ਉਹ ਕਦੀ ਕਦੀ ਬੀਜੇਪੀ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਤੇ ਦੇਸ਼ ਦੀਆਂ ਹੋਰ ਉਹਨਾਂ ਦੇ ਜਿਹੜੇ ਮਿਨਿਸਟਰ ਹਨ ਉਹਨਾਂ ਦੀ ਕੋਈ ਅਲੋਚਨਾਤਮਕ ਸਪੀਚ ਦੇ ਦਿੰਦੇ ਨੇ ਬਾਕੀ ਬੀਬੀ ਜਗੀਰ ਕੋਰਡ ਦੀ ਜਿਵੇਂ ਤੁਹਾਨੂੰ ਸਭ ਨੂੰ ਪਤਾ ਮੈਂ ਇਹਦੇ ਵਿੱਚ ਬਹੁਤਾ ਕੀ ਚਾਹਣਾ ਪਾਣਾ ਜਿਹੜੀ ਪਿਛਲੇ ਸਾਲ ਐਸਜੀਬੀਸੀ ਦੀ ਚੋਣੋ ਇਸ਼ਿਊਸ 'ਤੇ ਖੜੇ ਹੋਏ ਸੀ ਤੇ 42 ਵੋਟਾਂ ਲੈ ਗਏ ਉਹ ਉਹਨਾਂ ਨੂੰ ਅਸ਼ੀਰਵਾਦ ਸੀਗਾ ਭਾਰਤੀ ਜਨਤਾ ਪਾਰਟੀ ਦਾ ਔਰ ਪਾਰਟੀ ਜਨਤਾ ਪਾਰਟੀ ਨੇ ਉਹਨਾਂ ਨੂੰ ਮਾਇਕ ਮਦਦ ਵੀ ਦਿੱਤੀ ਅਤੇ ਹੋਰ ਵੀ ਜੋ ਕੁਝ ਉਹਨਾਂ ਦੀ ਹੈਲਪ ਕੀਤੀ ਜਾ ਸਕਦੀ ਸੀ ਉਹ ਕੀਤੀ ਦਮਦਮੀਕ ਸਾਲ ਵੀ ਉਹਨਾਂ ਦੇ ਨਾਲ ਸੀਗੀ ਦਮਸਮੀ ਸਖਸਾਲ ਦਾ ਸ਼ਾਇਦ ਇੱਕ ਜਾਂ ਦੋ ਮੈਂਬਰ ਹਨ ਉਹਨਾਂ ਨੇ ਵੀ ਵੋਟ ਬੀਬੀ ਜਗੀਰ ਕੋਰ ਨੂੰ ਪਾਈ ਹੁਣ ਅਸੀਂ ਆਂਦੇ ਆ ਕਿ ਦੇਸ਼ ਦੇ ਮਹਾਨ ਸੰਤ ਜਰਨੈਲ ਸਿੰਘ ਪਿੰਡਰਵਾਲਾ ਜੀ ਨੇ ਜੇ ਉਹਨਾਂ ਦੀ ਜਿਹੜੀ ਵਿਰਾਸਤ ਹੈ ਉਹ ਕਿੱਥੇ ਖੜੀ ਹੈ ਉਹਨਾਂ ਦੀ ਵਿਰਾਸਤ ਵੀ ਬੀਜੇਪੀ ਕੋਲ ਹੀ ਹੈ ਯਾਨੀ ਕਿਥੇ ਕਿੰਨੇ ਲੋਗ ਸ਼ਹੀਦ ਕਰਵਾਤੇ ਸੰਤ ਜੀ ਨੇ ਅਣਖ ਦੀ ਕਹਿੰਦੇ ਲੜਾਈ ਲੜੀ ਹੈ ਜ਼ਰੂਰ ਲੜੀ ਹੋਣੀ ਹੈ ਸਾਰੇ ਦੇਸ਼ ਨੂੰ ਪਤਾ ਹੈ ਸਾਰੀ ਦੁਨੀਆ ਨੂੰ ਪਤਾ ਹੈ ਪਰ ਅੱਜ ਦਮਦਮੀ ਟਕਸਾਲ ਕਿਥੇ ਖੜੀ ਹੈ ਅੱਜ ਦਮਦਮੀ ਟਕਸਾਲ ਭਾਜਪਾ ਦੇ ਨਾਲ ਖੜੀ ਹੈ ਔਰ ਜਿਹੜੀ ਸਿੱਖ ਵਿਚਾਰਧਾਰਾ ਹੈ ਜਿਹੜੀ ਗੁਰੂਆਂ ਦੀ ਵਿਚਾਰਧਾਰਾ ਉਹਦੇ ਉਲਟ ਖੜੀ ਹੈ ਬੀਜੇਪੀ ਉਹਦੇ ਵਿਰੋਧ ਚ ਖੜੀ ਹੈ ਤੇ ਇਹ ਸਾਡੇ ਜੋ ਸਿੱਖ ਲੀਡਰ ਇਹ ਉਹਨਾਂ ਦੇ ਪਿੱਛੇ ਪਿੱਛੇ ਫਿਰਦੇ ਤੁਸੀਂ ਦੇਖ ਸਕਦੇ ਹੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਇਹ ਸਭ ਬੀਜੇਪੀ ਦੇ ਨਾਲ ਸੋਫੀ ਸਦੀ ਉਹਨਾਂ ਤੇ ਤੁਸੀਂ 1% ਵੀ ਸ਼ੱਕ ਨਹੀਂ ਕਰ ਸਕਦੇ ਉਹ ਇੰਨੀ ਇਮਾਨਦਾਰੀ ਨਾਲ ਬੀਜੇਪੀ ਦੇ ਨਾਲ ਆਂ ਦਮਦਮੇ ਟਕਸਾਲ ਦੇ ਸਤਨਾਮ ਸਿੰਘ ਤੁਮਾ ਜੀ ਜੋ ਮੁਖੀ ਆਂ ਉਹਨਾਂ ਦੀ ਇਮਾਨਦਾਰੀ ਤੇ ਵੀ ਤੁਸੀਂ ਸ਼ੱਕ ਨਹੀਂ ਕਰ ਸਕਦੇ ਉਹ 100% ਦੀ ਬੀਜੇਪੀ ਦੇ ਨਾਲ ਆਂ ਤੋਂ ਮੇਰਾ ਸਵਾਲ ਅੱਜ ਇਹ ਹੈ ਕਿ ਸਿੱਖ ਕੌਮ ਇਸ ਵੇਲੇ ਬਹੁਤ ਡੂੰਘੇ ਖਲਾਅ ਵਿੱਚ ਫਸ ਚੁੱਕਿਆ ਏ ਇਸ ਵਿੱਚੋਂ ਇਹਨੂੰ ਕੌਣ ਕੱਢੇ ਸਿੱਖ ਕੌਮ ਕੋਲ ਅਜੇ ਕੋਈ ਲੀਡਰ ਸਾਹਮਣੇ ਨਜ਼ਰ ਨਹੀਂ ਆਂਦਾ ਮੈਨੂੰ ਤੇ ਨਜ਼ਰ ਆ ਨਹੀਂ ਰਿਹਾ ਪਰ ਜੇ ਤੁਹਾਡੇ ਜੋ ਕਿਸੇ ਨੂੰ ਦਿਖਦਾ ਹੋਵੇ ਕਿ ਵੀ ਸਾਡੇ ਕੋਲ ਲੀਡਰ ਹੈਗਾ ਤੇ ਉਹ ਇਸ ਵੀਡੀਓ ਤੇ ਕਮੈਂਟ ਕਰੇ ਤੇ ਉਹਦੇ ਵਿੱਚ ਦੱਸੇ ਤੇਰੇ ਸਿਓਸ ਲੀਡਰ ਬਾਰੇ ਵੀ ਇੱਕ ਵੀਡੀਓ ਬਣਾ ਸਕਦੇ ਆ ਸਿੱਖ ਕੌਮ ਕੋ ਲਿਕੋ ਲੀਡਰ ਹੈ ਇਸ ਵੇਲੇ ਬੀਬੀ ਜਗੀਰ ਕੌਰ ਜਿਹੜੀ ਸਿੱਖ ਅਤੇ ਆਸਬਾਰੇ ਸਿੱਖ ਧਰਮ ਬਾਰੇ ਵੀ ਬੜੀ ਕੌਨਫੀਡੈਂਸ ਨਾਲ ਗੱਲ ਕਰ ਸਕਦੀ ਹੈ ਅਤੇ ਸਿੱਖ ਸਿਆਸਤ ਬਾਰੇ ਵੀ اور ਚਾਰ ਬਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਦਾਨ ਵੀ ਰਹੇ ਆ ਤੁਹਾਨੂੰ ਸਭ ਨੂੰ ਪਤਾ ਹੈ ਵਿਚੋਣਾ ਨੌ ਸੌਣ ਗਿਆਂ ਉਹ ਯੂਕੇ ਦੀ ਸੈਰ ਤੇ ਗਏ ਹੋਏ ਰਦਾਰ ਸਿੰਘ ਵੀਰ ਸਿੰਘ ਬੜੇ ਖੁਸ਼ ਹਨ ਕਿ ਬੀਬੀ ਜਗੀਰ ਕੌਰ ਵੀ ਵਾਪਸ ਆ ਗਏ ਤੇ ਉਹਨਾਂ ਦੇ ਸਾਰੇ ਜਿਹੜੇ ਰੁੱਸੇ ਹੋਏ ਲੀਡਰ ਸੀ ਉਹ ਉਹਨਾਂ ਨੇ ਇਕੱਠੇ ਕਰ ਲਏ ਪਰ ਮੈਂ ਤੁਹਾਨੂੰ ਜਿਵੇਂ ਪਹਿਲੇ ਦੱਸੋਕ ਦਾ ਕਿ ਇਹ ਜਿਹੜੇ ਕੱਸਿਓ ਏ ਟਾਇਰ ਐ ਜਿਨ੍ਹਾਂ ਦੀ ਗੱਡੀ ਕੱਸੀ ਹੋਈ ਏ ਇਹਦੇ ਨਾਲ ਗੱਡੀ ਜਿਹੜੀ ਏ ਨਾ ਤੇ ਤੇਜ਼ ਚੱਲ ਸਕਦੀ ਏ ਨਾ ਬਹੁਤੀ ਦੂਰ ਚੱਲ ਸਕਦੀ ਇਹ ਜੋ ਕੱਠ ਕਰ ਲਿਆ ਇਹ ਸਾਰੇ ਅਕਾਲੀ ਦਲ ਵਿੱਚ ਹੀ ਸੀ ਜਦੋਂ ਅਕਾਲੀ ਦਲ ਪੰਜਾਬ ਚ ਸਫਾਇਆ ਹੋਇਆ ਪ੍ਰਕਾਸ਼ ਸਿੰਘ ਬਾਦਲ ਜੀ ਵੀ ਉਸ ਵੇਲੇ ਸਿਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਨ ਤੇ ਸਿਰਫ 3 ਸੀਟਾਂ ਆਈਆਂ ਉਹਨਾਂ ਨੇ ਆਪਣਾ ਅੰਤ ਆਪਣੀ ਅੱਖੀ ਦੇਖਿਆ ਕਿ ਉਹਨਾਂ ਦੀ ਪਾਰਟੀ ਦਾ ਕੀ ਹਾਲ ਹੋ ਗਿਆ ਲੋਕਾਂ ਨੇ ਕਿਵੇਂ ਰਿਜੈਕਟ ਕੀਤੀ ਉਹਨਾਂ ਨੂੰ ਰਿਜੈਕਟ ਕੀਤਾ ਔਰ ਇਹ ਹੁਣ ਜਿਹੜੀ ਅਵਸਥਾ ਹੈ 2020 ਤੋਂ 2024 ਤੱਕ ਇਦੇ ਵਿੱਚ ਕੋਈ ਵੀ ਕਿਸੇ ਕਿਸਮ ਦਾ ਪਰਵਰਤਨ ਨਹੀਂ ਆਇਆ ਕਿ ਸੁਖਬੀਰ ਬਾਦਲ ਬੜੀ ਮਹਾਨ ਪ੍ਰਾਪਤੀ ਕਰਨਗੇ ਸੀਟਾਂ ਦੇ 13 ਹੀ ਲੜਨਗੇ ਪਰ ਜਿੱਤਣਗੇ ਕਿੰਨੀਆਂ ਇਹ ਨਹੀਂ ਪਤਾ ਕੋਈ ਵੀ ਨਹੀਂ ਦੱਸ ਸਕਦਾ ਸੁਭੀਰ ਸਿੰਘ ਬਾਦਲ ਵੀ ਨਹੀਂ ਦੱਸ ਸਕਦੇ ਕਿ ਉਹ ਕਿੰਨੀਆਂ ਸੀਟਾਂ ਜਿੱਤਣ ਜੋ ਇਸ ਸਮੇਂ ਦਾ ਨਜ਼ਾਰਾ ਸਿਆਸੀ ਬਣ ਰਿਹਾ ਉਹਦੇ ਵਿੱਚ ਸਭ ਤੋਂ ਵੱਧ ਸੀਟਾਂ ਆਣਗੀਆਂ ਆਮ ਆਦਮੀ ਪਾਰਟੀ ਦੀਆਂ ਦੂਜੇ ਨੰਬਰ ਤੇ ਆਣਗੀਆਂ ਕਾਂਗਰਸ ਦੀਆਂ ਤੋਂ ਤੀਜੇ ਨੰਬਰ ਤੇ ਆਣਗੀਆਂ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੀ ਹੋਣਗੇ ਹੋ ਸਕਦਾ ਜਿੰਨੀਆਂ ਸੀਟਾਂ ਬੀਜੇਪੀ ਦੀਆਂ ਆਣਗੀਆਂ ਸ਼ਾਇਦ ਉਹਨੀਆਂ ਹੀ ਅਕਾਲੀ ਦਲ ਦੀਆਂ ਆ ਜਾਣ ਇਹ ਸਮਝ ਦੱਸੇਗਾ ਤੁਸੀਂ ਇੰਤਜ਼ਾਰ ਕਰੋ 4 ਜੂਨ ਦਾ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਦਾ ਲਾਈਕ ਕਰੋ ਇਸ ਦਾ ਬੈਲ ਆਈਕਨ ਦਬਾਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਜੇ ਦੁਨੀਆ ਭਰ ਚ ਬੈਠੇ ਹੋਏ ਸਿੱਖ ਵਿਚਾਰਧਾਰਾ ਵਾਲੇ ਜਿਹੜੇ ਸਾਡੇ ਸਰਦਾਲੂ ਆਨ ਸਿੱਖ ਕੌਮ ਦੇ ਗੁਰੂ ਘਰ ਨਾਲ ਪੜਨਾਏ ਹੋਏ ਹਨ ਉਹ ਇਸ ਵੀਡੀਓ ਬਲ ਨਾ ਕੋਈ ਜਾਣਕਾਰੀ ਪ੍ਰਾਪਤ ਕਰ ਸਕਣ ਕਿ ਸਿੱਖ ਕੌਮ ਸ਼ਰੋਣੀ ਅਕਾਲੀ ਦਲ ਕਿੱਥੇ ਖੜੇ ਹਨ ਸਤਿ ਸ੍ਰੀ ਅਕਾਲ